ਸਾਬਕਾ ਕੇਂਦਰ ਦੇ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਜ਼ਿਆਦਾ ਬੁਲੰਦ ਹੋ ਗਏ ਨੇ ਕਿ ਹੁਣ ਉਹਨਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ। ਤਾਂ ਦੱਸ ਦਈਏ ਕਿ ਇਹ ਇੱਕ ਗ੍ਰਾਹਕ ਸੇਵਾ ਕੇਂਦਰ ਹੈ ਜੋ ਕਿ ਪੁਲਿਸ ਚੌਕੀ ਦੇ ਨਜ਼ਦੀਕ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਇੱਥੇ ਦੋ ਲੁਟੇਰੇ ਮੂੰਹ ਢੱਕ ਕੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਇਸ ਸੇਵਾ ਕੇਂਦਰ ਦਾ ਸ਼ਟਰ ਬੰਦ ਕਰ ਲੈਂਦੇ ਨੇ। ਹਾਲਾਂਕਿ ਜਦੋਂ ਇਹਨਾਂ ਦੇ ਵੱਲੋਂ ਸ਼ਟਰ ਬੰਦ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਗ੍ਰਾਹਕ ਸੇਵਾ ਕੇਂਦਰ ਦੇ ਵਿੱਚ ਜੋ ਔਰਤ ਆਪਣੇ ਬੱਚਿਆਂ ਦੇ ਨਾਲ ਬੈਠੀ ਹੁੰਦੀ ਹੈ ਉਸ ਨੂੰ ਗਨ ਪੁਆਇੰਟ ਦੇ ਉੱਤੇ ਪਹਿਲਾਂ ਤਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸਦੇ ਕੋਲੋਂ ਜੋ ਗੱਲਾ ਉਸਦੀ ਚਾਬੀ ਮੰਗੀ ਜਾਂਦੀ ਹੈ। ਪਰ ਉਸਦੇ ਵੱਲੋਂ ਕਿਹਾ ਜਾਂਦਾ ਕਿ ਉਸ ਕੋਲ ਚਾਬੀ ਨਹੀਂ ਹੈ ਤਾਂ ਜੋ ਲੁਟੇਰੇ ਨੇ ਕਾਊਂਟਰ ਦੇ ਉੱਤੇ ਪਏ ਤਿੰਨ ਮੋਬਾਈਲ ਫੋਨਾਂ ਨੂੰ ਹੀ ਚੁੱਕ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਖਬਰ ਬੱਸੀ ਪਠਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜੋ ਪੁਲਿਸ ਚੌਕੀ ਹੈ ਇੱਥੋਂ ਮਹਿਜ ਕੁਝ ਮੀਟਰ ਦੀ ਹੀ ਦੂਰੀ 'ਤੇ ਹੈ, ਪਰ ਫਿਰ ਵੀ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਗਿਆ। ਤਾਂ ਕਿਹਾ ਜਾ ਰਿਹਾ ਕਿ ਦੋ ਨਕਾਬ ਪੋਸ਼ ਲੁਟੇਰੇ ਕਾਰ ਦੇ ਵਿੱਚ ਸਵਾਰ ਹੋ ਕੇ SBI ਦੇ ਗ੍ਰਾਹਕ ਸੇਵਾ ਕੇਂਦਰ 'ਤੇ ਆਉਂਦੇ ਨੇ ਅਤੇ ਆਉਂਦੇ ਸਾਰ ਹੀ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਸ਼ਟਰ ਬੰਦ ਕਰ ਲਿਆ ਜਾਂਦਾ। ਜਿਵੇਂ ਹੀ ਸ਼ਟਰ ਬੰਦ ਕੀਤਾ ਜਾਂਦਾ ਤਾਂ ਜੋ ਗ੍ਰਾਹਕ ਸੇਵਾ ਕੇਂਦਰ ਦੇ ਅੰਦਰ ਇੱਕ ਔਰਤ ਆਪਣੇ ਦੋ ਬੱਚੀਆਂ ਦੇ ਨਾਲ ਬੈਠੀ ਹੁੰਦੀ ਹੈ ਤਾਂ ਲੁਟੇਰਿਆਂ ਦੇ ਵੱਲੋਂ ਇੱਕ ਬੱਚੀ ਦੇ ਗਰਦਨ 'ਤੇ ਚਾਕੂ ਰੱਖ ਕੇ ਉਸਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ। ਪਰ ਫਿਰ ਵੀ ਜੋ ਔਰਤ ਹੈ ਉਹ ਜਦੋਂ ਚਾਬੀ ਨਹੀਂ ਦਿੰਦੀ ਤਾਂ ਉਹ ਕਾਊਂਟਰ ਦੇ ਉੱਤੇ ਪਏ ਮੋਬਾਈਲ ਫੋਨ ਹੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਬੇਖੌਫ ਹੋ ਕੇ ਆਏ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋ ਜਣੇ ਆਏ ਸੀ ਜੀ, ਇੱਕ ਨੇ ਆ ਕੇ ਸ਼ਟਰ ਲਾ ਲਏ ਜੀ, ਇੱਕ ਨੇ ਇੱਧਰਲਾ ਕੁੰਡਾ ਲਾ ਦਿੱਤਾ ਤੇ ਆ ਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ। ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ, ਮੈਂ ਤਾਂ ਉਹ ਘਰ ਦੇ ਬੈਠਦੇ, ਮੈਨੂੰ ਤਾਂ ਬਿਠਾ ਕੇ ਗਏ, ਮੇਰੇ ਕੋਲ ਨਹੀਂ ਹੈ ਕੁਛ ਵੀ। ਮੈਨੂੰ ਕਹਿੰਦੇ ਇਹ ਕੁੜੀ ਇਹਦੇ ਰੱਖ ਕੇ ਕਹਿ ਚਾਕੂ, ਕਹਿੰਦੇ ਇਹਨੂੰ ਮਾਰ ਦੂੰਗਾ, ਚਾਬੀ ਦੇ ਦਿਓ। ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ, ਮੈਂ ਕਿੱਥੋਂ ਦੇਵਾਂ। ਤੇ ਫਿਰ ਉਹਨੇ ਨੇ ਫੋਨ ਦੇ, ਮੈਂ ਕਿਹਾ ਮੈਂ ਫੋਨ ਕਰਕੇ ਬੁਲਾ ਲੈਂਦੀ, ਉਹਨੇ ਫੋਨ ਚੱਕ ਲਏ ਸਾਰੇ ਤੇ ਕਹਿੰਦੇ ਇਹਦੇ ਥੋਥੇ ਇਹਨਾਂ ਕੋਲ ਕੁਛ ਨਹੀਂ ਹੈਗਾ, ਚੱਟ ਚੱਕ ਕੇ ਲੰਘ ਗਏ। ਜਾਂਦੇ ਹੋਏ ਕਿੰਨੇ ਫੋਨ ਲੈ ਗਏ ਤੁਹਾਡੇ? ਤਿੰਨ ਫੋਨ ਲੈ ਗਏ ਜੀ। ਕਿਹੜੀ ਕੰਪਨੀ ਦੇ ਸੀਗੇ ਇਹ? MI ਦੇ, ਦੋ ਰੈਡਮੀ ਦੇ ਸੀ, MI ਦੇ ਜੀ, ਇੱਕ ਇੱਕ ਓਪੋ ਦਾ ਸੀ। ਕਿੰਨੇ ਜਣੇ ਸੀ ਉਹ? ਦੋ ਜਣੇ ਸੀ ਸਰ। ਕਾਰ ਚ ਆਏ ਸੀਗੇ ਜੀ? ਕਾਰ ਚ ਆਏ ਸੀ। ਕੋਈ ਮੋਨੇ ਸੀ? ਸਮੇਂ ਦਾ ਟਾਈਮ ਹੈ, ਮੋਨੇ ਸੀ ਦੋਨੋਂ ਜੀ। ਸੇਵਾ ਕੇਂਦਰ ਦੇ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਜ਼ਿਆਦਾ ਬੁਲੰਦ ਹੋ ਗਏ ਨੇ ਕਿ ਹੁਣ ਉਹਨਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ। ਤਾਂ ਦੱਸ ਦਈਏ ਕਿ ਇਹ ਇੱਕ ਗ੍ਰਾਹਕ ਸੇਵਾ ਕੇਂਦਰ ਹੈ ਜੋ ਕਿ ਪੁਲਿਸ ਚੌਕੀ ਦੇ ਨਜ਼ਦੀਕ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਇੱਥੇ ਦੋ ਲੁਟੇਰੇ ਮੂੰਹ ਢੱਕ ਕੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਇਸ ਸੇਵਾ ਕੇਂਦਰ ਦਾ ਸ਼ਟਰ ਬੰਦ ਕਰ ਲੈਂਦੇ ਨੇ। ਹਾਲਾਂਕਿ ਜਦੋਂ ਇਹਨਾਂ ਦੇ ਵੱਲੋਂ ਸ਼ਟਰ ਬੰਦ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਗ੍ਰਾਹਕ ਸੇਵਾ ਕੇਂਦਰ ਦੇ ਵਿੱਚ ਜੋ ਔਰਤ ਆਪਣੇ ਬੱਚਿਆਂ ਦੇ ਨਾਲ ਬੈਠੀ ਹੁੰਦੀ ਹੈ ਉਸ ਨੂੰ ਗਨ ਪੁਆਇੰਟ ਦੇ ਉੱਤੇ ਪਹਿਲਾਂ ਤਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸਦੇ ਕੋਲੋਂ ਜੋ ਗੱਲਾ ਉਸਦੀ ਚਾਬੀ ਮੰਗੀ ਜਾਂਦੀ ਹੈ। ਪਰ ਉਸਦੇ ਵੱਲੋਂ ਕਿਹਾ ਜਾਂਦਾ ਕਿ ਉਸ ਕੋਲ ਚਾਬੀ ਨਹੀਂ ਹੈ ਤਾਂ ਜੋ ਲੁਟੇਰੇ ਨੇ ਕਾਊਂਟਰ ਦੇ ਉੱਤੇ ਪਏ ਤਿੰਨ ਮੋਬਾਈਲ ਫੋਨਾਂ ਨੂੰ ਹੀ ਚੁੱਕ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਖਬਰ ਬੱਸੀ ਪਠਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਪੁਲਿਸ ਚੌਕੀ ਹੈ ਇੱਥੋਂ ਮਹਿਜ ਕੁਝ ਮੀਟਰ ਦੀ ਹੀ ਦੂਰੀ 'ਤੇ ਹੈ, ਪਰ ਫਿਰ ਵੀ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਗਿਆ। ਤਾਂ ਕਿਹਾ ਜਾ ਰਿਹਾ ਕਿ ਦੋ ਨਕਾਬ ਪੋਸ਼ ਲੁਟੇਰੇ ਕਾਰ ਦੇ ਵਿੱਚ ਸਵਾਰ ਹੋ ਕੇ SBI ਦੇ
ਗ੍ਰਾਹਕ ਸੇਵਾ ਕੇਂਦਰ ਤੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਸ਼ਟਰ ਬੰਦ ਕਰ ਲਿਆ ਜਾਂਦਾ ਹੈ। ਜਿਵੇਂ ਹੀ ਸ਼ਟਰ ਬੰਦ ਕੀਤਾ ਜਾਂਦਾ ਹੈ ਤਾਂ ਜੋ ਗ੍ਰਾਹਕ ਸੇਵਾ ਕੇਂਦਰ ਦੇ ਅੰਦਰ ਇੱਕ ਔਰਤ ਆਪਣੇ ਦੋ ਬੱਚੀਆਂ ਦੇ ਨਾਲ ਬੈਠੀ ਹੁੰਦੀ ਹੈ ਤਾਂ ਲੁਟੇਰਿਆਂ ਦੇ ਵੱਲੋਂ ਇੱਕ ਬੱਚੀ ਦੇ ਗਰਦਨ ਤੇ ਚਾਕੂ ਰੱਖ ਕੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ। ਪਰ ਫਿਰ ਵੀ ਜੋ ਔਰਤ ਹੈ ਉਹ ਜਦੋਂ ਚਾਬੀ ਨਹੀਂ ਦਿੰਦੀ ਤਾਂ ਉਹ ਕਾਊਂਟਰ ਦੇ ਉੱਤੇ ਪਏ ਮੋਬਾਈਲ ਫੋਨ ਹੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਬੇਖੌਫ ਹੋ ਕੇ ਆਏ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋ ਜਣੇ ਆਏ ਸੀ ਜੀ, ਇੱਕ ਨੇ ਆ ਕੇ ਸ਼ਟਰ ਲਾ ਲਏ ਜੀ, ਇੱਕ ਨੇ ਇੱਧਰਲਾ ਕੁੰਡਾ ਲਾ ਦਿੱਤਾ ਤੇ ਆ ਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ। ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ, ਮੈਂ ਤਾਂ ਉਹ ਘਰਦੇ ਬੈਠਦੇ, ਮੈਨੂੰ ਤਾਂ ਬਿਠਾ ਕੇ ਗਏ, ਮੇਰੇ ਕੋਲ ਨਹੀਂ ਹੈ ਕੁਛ ਵੀ। ਮੈਨੂੰ ਕਹਿੰਦੇ ਇਹ ਕੁੜੀਏ ਦੇ ਰੱਖ ਕੇ ਕਹਿ ਚਾਕੂ, ਕਹਿੰਦੇ ਇਹਨੂੰ ਮਾਰ ਦੂੰਗਾ, ਚਾਬੀ ਦੇ ਦਿਓ। ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ, ਮੈਂ ਕਿੱਥੋਂ ਦੇਵਾਂ। ਤੇ ਫਿਰ ਉਹਨੇ ਨੇ ਫੋਨ ਦੇ, ਮੈਂ ਕਿਹਾ ਮੈਂ ਫੋਨ ਕਰਕੇ ਬੁਲਾ ਲੈਂਦੀ, ਉਹਨੇ ਫੋਨ ਚੱਕ ਲਏ ਸਾਰੇ ਤੇ ਕਹਿੰਦੇ ਇਹਦੇ ਥੋਥੇ ਇਹਨਾਂ ਕੋਲ ਕੁਛ ਨਹੀਂ ਹੈਗਾ, ਚੱਟ ਚੱਕ ਕੇ ਲਾਂਗੇ। ਜਾਂਦੇ ਹੋਏ ਕਿੰਨੇ ਫੋਨ ਲੈ ਗਏ ਤੁਹਾਡੇ? ਤਿੰਨ ਫੋਨ ਲੈ ਗਏ ਜੀ। ਕਿਹੜੀ ਕੰਪਨੀ ਦੇ ਸੀਗੇ ਇਹ? MI ਦੇ, ਦੋ ਰੈਡਮੀ ਦੇ ਸੀ, MI ਦੇ ਜੀ, ਇੱਕ ਇੱਕ ਓਪੋ ਦਾ ਸੀ। ਕਿੰਨੇ ਜਣੇ ਸੀ ਉਹ? ਦੋ ਜਣੇ ਸੀ ਸਰ। ਕਾਰ ਚ ਆਏ ਸੀਗੇ ਜੀ? ਕਾਰ ਚ ਆਏ ਸੀ। ਕੋਈ ਮੋਨੇ ਸੀ? ਮੋਨੇ ਸੀ ਦੋਨੋਂ ਜੀ। ਸੇਵਾ ਕੇਂਦਰ ਦੇ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਜ਼ਿਆਦਾ ਬੁਲੰਦ ਹੋ ਗਏ ਨੇ ਕਿ ਹੁਣ ਉਹਨਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ। ਤਾਂ ਦੱਸ ਦਈਏ ਕਿ ਇਹ ਇੱਕ ਗ੍ਰਾਹਕ ਸੇਵਾ ਕੇਂਦਰ ਹੈ ਜੋ ਕਿ ਪੁਲਿਸ ਚੌਕੀ ਦੇ ਨਜ਼ਦੀਕ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਇੱਥੇ ਦੋ ਲੁਟੇਰੇ ਮੂੰਹ ਢੱਕ ਕੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਇਸ ਸੇਵਾ ਕੇਂਦਰ ਦਾ ਸ਼ਟਰ ਬੰਦ ਕਰ ਲੈਂਦੇ ਨੇ। ਹਾਲਾਂਕਿ ਜਦੋਂ ਇਹਨਾਂ ਦੇ ਵੱਲੋਂ ਸ਼ਟਰ ਬੰਦ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਗ੍ਰਾਹਕ ਸੇਵਾ ਕੇਂਦਰ ਦੇ ਵਿੱਚ ਜੋ ਔਰਤ ਆਪਣੇ ਬੱਚਿਆਂ ਦੇ ਨਾਲ ਬੈਠੀ ਹੁੰਦੀ ਹੈ ਉਸ ਨੂੰ ਗਨ ਪੁਆਇੰਟ ਦੇ ਉੱਤੇ ਪਹਿਲਾਂ ਤਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸਦੇ ਕੋਲੋਂ ਜੋ ਗੱਲਾ ਹੈ ਉਸਦੀ ਚਾਬੀ ਮੰਗੀ ਜਾਂਦੀ ਹੈ। ਪਰ ਉਸਦੇ ਵੱਲੋਂ ਕਿਹਾ ਜਾਂਦਾ ਕਿ ਉਸ ਕੋਲ ਚਾਬੀ ਨਹੀਂ ਹੈ ਤਾਂ ਜੋ ਲੁਟੇਰੇ ਨੇ ਕਾਊਂਟਰ ਦੇ ਉੱਤੇ ਪਏ ਤਿੰਨ ਮੋਬਾਈਲ ਫੋਨਾਂ ਨੂੰ ਹੀ ਚੁੱਕ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਖਬਰ ਬੱਸੀ ਪਠਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜੋ ਪੁਲਿਸ ਚੌਕੀ ਹੈ ਇੱਥੋਂ ਮਹਿਜ਼ ਕੁਝ ਮੀਟਰ ਦੀ ਹੀ ਦੂਰੀ 'ਤੇ ਹੈ, ਪਰ ਫਿਰ ਵੀ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਗਿਆ। ਤਾਂ ਕਿਹਾ ਜਾ ਰਿਹਾ ਕਿ ਦੋ ਨਕਾਬਪੋਸ਼ ਲੁਟੇਰੇ ਕਾਰ ਦੇ ਵਿੱਚ ਸਵਾਰ ਹੋ ਕੇ SBI ਦੇ ਗ੍ਰਾਹਕ ਸੇਵਾ ਕੇਂਦਰ 'ਤੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਸ਼ਟਰ ਬੰਦ ਕਰ ਲਿਆ ਜਾਂਦਾ ਹੈ। ਜਿਵੇਂ ਹੀ ਸ਼ਟਰ ਬੰਦ ਕੀਤਾ ਜਾਂਦਾ ਹੈ ਤਾਂ ਜੋ ਗ੍ਰਾਹਕ ਸੇਵਾ ਕੇਂਦਰ ਦੇ ਅੰਦਰ ਇੱਕ ਔਰਤ ਆਪਣੇ ਦੋ ਬੱਚੀਆਂ ਦੇ ਨਾਲ ਬੈਠੀ ਹੁੰਦੀ ਹੈ ਤਾਂ ਲੁਟੇਰਿਆਂ ਦੇ ਵੱਲੋਂ ਇੱਕ ਬੱਚੀ ਦੇ ਗਰਦਨ ਤੇ ਚਾਕੂ ਰੱਖ ਕੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ। ਪਰ ਫਿਰ ਵੀ ਜੋ ਔਰਤ ਹੈ ਉਹ ਜਦੋਂ ਚਾਬੀ ਨਹੀਂ ਦਿੰਦੀ ਤਾਂ ਉਹ ਕਾਊਂਟਰ ਦੇ ਉੱਤੇ ਪਏ ਮੋਬਾਈਲ ਫੋਨ ਹੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਬੇਖੌਫ ਹੋ ਕੇ ਆਏ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋ ਜਣੇ ਆਏ ਸੀ ਜੀ, ਇੱਕ ਨੇ ਆ ਕੇ ਸ਼ਟਰ ਲਾ ਲਏ ਜੀ, ਇੱਕ ਨੇ ਇੱਧਰਲਾ ਕੁੰਡਾ ਲਾ ਦਿੱਤਾ ਤੇ ਆ ਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ। ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ, ਮੈਂ ਤਾਂ ਉਹ ਘਰਦੇ ਬੈਠਦੇ, ਮੈਨੂੰ ਤਾਂ ਬਿਠਾ ਕੇ ਗਏ, ਮੇਰੇ ਕੋਲ ਨਹੀਂ ਹੈ ਕੁਛ ਵੀ। ਮੈਨੂੰ ਕਹਿੰਦੇ ਇਹ ਕੁੜੀਏ ਦੇ ਰੱਖ ਕੇ ਕਹਿ ਚਾਕੂ, ਕਹਿੰਦੇ ਇਹਨੂੰ ਮਾਰ ਦੂੰਗਾ, ਚਾਬੀ ਦੇ ਦਿਓ। ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ, ਮੈਂ ਕਿੱਥੋਂ ਦੇਵਾਂ। ਤੇ ਫਿਰ ਉਹਨੇ ਨੇ ਫੋਨ ਦੇ, ਮੈਂ ਕਿਹਾ ਮੈਂ ਫੋਨ ਕਰਕੇ ਬੁਲਾ ਲੈਂਦੀ, ਉਹਨੇ ਫੋਨ ਚੱਕ ਲਏ ਸਾਰੇ ਤੇ ਕਹਿੰਦੇ ਇਹਦੇ ਥੋਥੇ ਇਹਨਾਂ ਕੋਲ ਕੁਛ ਨਹੀਂ ਹੈਗਾ, ਚੱਟ ਚੱਕ ਕੇ ਲਾਂਗੇ। ਜਾਂਦੇ ਹੋਏ ਕਿੰਨੇ ਫੋਨ ਲੈ ਗਏ ਤੁਹਾਡੇ? ਤਿੰਨ ਫੋਨ ਲੈ ਗਏ ਜੀ। ਕਿਹੜੀ ਕੰਪਨੀ ਦੇ ਸੀਗੇ ਇਹ? MI ਦੇ, ਦੋ ਰੈਡਮੀ ਦੇ ਸੀ, MI ਦੇ ਜੀ, ਇੱਕ ਇੱਕ ਓਪੋ ਦਾ ਸੀ।
ਕਿੰਨੇ ਜਣੇ ਸੀ ਉਹ? ਦੋ ਜਣੇ ਸੀ ਸਰ। ਕਾਰ ਚ ਆਏ ਸੀਗੇ ਜੀ। ਕਾਰ ਚ ਆਏ ਸੀ। ਕੋਈ ਮੋਨੇ ਸੀ? 7 ਵਜੇ ਦਾ ਟਾਈਮ ਹੈ। ਮੋਨੇ ਸੀ ਦੋਨੋਂ ਜੀ। ਵਾ ਕੇਂਦਰ ਦੇ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਜ਼ਿਆਦਾ ਬੁਲੰਦ ਹੋ ਗਏ ਨੇ ਕਿ ਹੁਣ ਉਹਨਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ। ਤਾਂ ਦੱਸ ਦਈਏ ਕਿ ਇਹ ਇੱਕ ਗ੍ਰਾਹਕ ਸੇਵਾ ਕੇਂਦਰ ਹੈ ਜੋ ਕਿ ਪੁਲਿਸ ਚੌਕੀ ਦੇ ਨਜ਼ਦੀਕ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਇੱਥੇ ਦੋ ਲੁਟੇਰੇ ਮੂੰਹ ਢੱਕ ਕੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਇਸ ਸੇਵਾ ਕੇਂਦਰ ਦਾ ਸ਼ਟਰ ਬੰਦ ਕਰ ਲੈਂਦੇ ਨੇ। ਹਾਲਾਂਕਿ ਜਦੋਂ ਇਹਨਾਂ ਦੇ ਵੱਲੋਂ ਸ਼ਟਰ ਬੰਦ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਗ੍ਰਾਹਕ ਸੇਵਾ ਕੇਂਦਰ ਦੇ ਵਿੱਚ ਜੋ ਔਰਤ ਆਪਣੇ ਬੱਚਿਆਂ ਦੇ ਨਾਲ ਬੈਠੀ ਹੁੰਦੀ ਹੈ ਉਸ ਨੂੰ ਗਨ ਪੁਆਇੰਟ ਦੇ ਉੱਤੇ ਪਹਿਲਾਂ ਤਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸਦੇ ਕੋਲੋਂ ਜੋ ਗੱਲਾ ਉਸਦੀ ਚਾਬੀ ਮੰਗੀ ਜਾਂਦੀ ਹੈ। ਪਰ ਉਸਦੇ ਵੱਲੋਂ ਕਿਹਾ ਜਾਂਦਾ ਕਿ ਉਸ ਕੋਲ ਚਾਬੀ ਨਹੀਂ ਹੈ ਤਾਂ ਜੋ ਲੁਟੇਰੇ ਨੇ ਕਾਊਂਟਰ ਦੇ ਉੱਤੇ ਪਏ ਤਿੰਨ ਮੋਬਾਈਲ ਫੋਨਾਂ ਨੂੰ ਹੀ ਚੁੱਕ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਖਬਰ ਬੱਸੀ ਪਠਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਪੁਲਿਸ ਚੌਕੀ ਹੈ ਇੱਥੋਂ ਮਹਿਜ ਕੁਝ ਮੀਟਰ ਦੀ ਹੀ ਦੂਰੀ 'ਤੇ ਹੈ ਪਰ ਫਿਰ ਵੀ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਗਿਆ। ਤਾਂ ਕਿਹਾ ਜਾ ਰਿਹਾ ਕਿ ਦੋ ਨਕਾਬ ਪੋਸ਼ ਲੁਟੇਰੇ ਕਾਰ ਦੇ ਵਿੱਚ ਸਵਾਰ ਹੋ ਕੇ SBI ਦੇ ਗ੍ਰਾਹਕ ਸੇਵਾ ਕੇਂਦਰ 'ਤੇ ਆਉਂਦੇ ਨੇ ਅਤੇ ਆਉਂਦੇ ਸਾਰ ਹੀ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਸ਼ਟਰ ਬੰਦ ਕਰ ਲਿਆ ਜਾਂਦਾ ਹੈ। ਜਿਵੇਂ ਹੀ ਸ਼ਟਰ ਬੰਦ ਕੀਤਾ ਜਾਂਦਾ ਹੈ ਤਾਂ ਜੋ ਗ੍ਰਾਹਕ ਸੇਵਾ ਕੇਂਦਰ ਦੇ ਅੰਦਰ ਇੱਕ ਔਰਤ ਆਪਣੇ ਦੋ ਬੱਚੀਆਂ ਦੇ ਨਾਲ ਬੈਠੀ ਹੁੰਦੀ ਹੈ ਤਾਂ ਲੁਟੇਰਿਆਂ ਦੇ ਵੱਲੋਂ ਇੱਕ ਬੱਚੀ ਦੇ ਗਰਦਨ 'ਤੇ ਚਾਕੂ ਰੱਖ ਕੇ ਉਸਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ। ਪਰ ਫਿਰ ਵੀ ਜੋ ਔਰਤ ਹੈ ਉਹ ਜਦੋਂ ਚਾਬੀ ਨਹੀਂ ਦਿੰਦੀ ਤਾਂ ਉਹ ਕਾਊਂਟਰ ਦੇ ਉੱਤੇ ਪਏ ਮੋਬਾਈਲ ਫੋਨ ਹੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਬੇਖੌਫ ਹੋ ਕੇ ਆਏ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋ ਜਣੇ ਆਏ ਸੀ ਜੀ, ਇੱਕ ਨੇ ਆ ਕੇ ਸ਼ਟਰ ਲਾ ਲਏ ਜੀ, ਇੱਕ ਨੇ ਇੱਧਰਲਾ ਕੁੰਡਾ ਲਾ ਦਿੱਤਾ ਜੀ ਤੇ ਆ ਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ। ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ, ਮੈਂ ਤਾਂ ਉਹ ਘਰਦੇ ਬੈਠ ਜੇ, ਮੈਨੂੰ ਤਾਂ ਬਿਠਾ ਕੇ ਗਏ, ਮੇਰੇ ਕੋਲ ਨਹੀਂ ਹੈ ਕੁਛ ਵੀ। ਮੈਨੂੰ ਕਹਿੰਦੇ ਇਹ ਕੁੜੀਏ ਦੇ ਰੱਖ ਕੇ ਕਹਿ ਚਾਕੂ, ਕਹਿੰਦੇ ਇਹਨੂੰ ਮਾਰ ਦੂੰਗਾ, ਚਾਬੀ ਦੇ ਦਿਓ। ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ, ਮੈਂ ਕਿੱਥੋਂ ਦੇਵਾਂ। ਤੇ ਫਿਰ ਉਹਨੇ ਨੇ ਫੋਨ ਦੇ, ਮੈਂ ਕਿਹਾ ਮੈਂ ਫੋਨ ਕਰਕੇ ਬੁਲਾ ਲੈਂਦੀ, ਉਹਨੇ ਫੋਨ ਚੱਕ ਲਏ ਸਾਰੇ ਤੇ ਕਹਿੰਦੇ ਇਹਦੇ ਥੋਥੇ ਇਹਨਾਂ ਕੋਲ ਕੁਛ ਨਹੀਂ ਹੈਗਾ, ਚੱਟ ਚੱਕ ਕੇ ਲੰਘ ਗਏ। ਜਾਂਦੇ ਹੋਏ ਕਿੰਨੇ ਫੋਨ ਲੈ ਗਏ ਤੁਹਾਡੇ? ਤਿੰਨ ਫੋਨ ਲੈ ਗਏ ਜੀ। ਕਿਹੜੀ ਕੰਪਨੀ ਦੇ ਸੀਗੇ ਇਹ? MI ਦੇ। ਦੋ ਰੈਡਮੀ ਦੇ ਸੀ। MI ਦੇ ਜੀ, ਇੱਕ ਓਪੋ ਦਾ ਸੀ। ਕਿੰਨੇ ਜਣੇ ਸੀ ਉਹ? ਦੋ ਜਣੇ ਸੀ ਸਰ। ਕਾਰ ਚ ਆਏ ਸੀਗੇ ਜੀ। ਕਾਰ ਚ ਆਏ ਸੀ। ਕੋਈ ਮੋਨੇ ਸੀ? 7 ਵਜੇ ਦਾ ਟਾਈਮ ਹੈ। ਮੋਨੇ ਸੀ ਦੋਨੋਂ ਜੀ।